ਤੇ ਕੀ ਕਾਰਨ ਬਣਿਆ ਜੀ? ਬਸ ਦਰਿਆ ਮੈਂ ਮੋਟਰ ਬਣਾਉਣ ਗਿਆ ਤੇ ਉੱਤੋਂ ਪੈਰ ਤੇ ਲੱਗ ਗਿਆ ਤੇ ਵਿੱਚ ਡਿੱਗ ਪਿਆ ਤੇ ਸਾਨੂੰ ਬਾਅਦ ਚ ਨੇ ਆਪਾਂ ਪਹੁੰਚਾ ਕੇ ਤੇ ਘਰ ਆ ਡੁੱਬ ਗਿਆ ਤੇ ਲੱਭਣ ਲੱਗ ਪਏ ਨੇ ਵਿਹੜੀ ਨੂੰ ਤੇ ਘੰਟੇ ਬਾਅਦ ਲੱਗ ਗਿਆ। ਖੜਾ ਸੀ ਡਿੱਗ ਤਿਲਕ ਤੇ ਤਿਲਕ ਤੇ ਡੁੱਬ ਗਿਆ। ਤੁਹਾਡਾ ਕੀ ਲੱਗਦਾ ਜੀ? ਆਪਣਾ ਮੇਰਾ ਤਾਏ ਦਾ ਮੁੰਡਾ। ਕੀ ਨਾਮ ਕੀ ਮੁੰਡੇ ਦਾ? ਇਹਦਾ ਨਾਮ ਬੱਬੂ। ਤੇ ਫਾਦਰ ਨੇਮ? ਜੈਲ ਸਿੰਘ। ਉਮਰ ਕਿੰਨੀ ਹੋਏਗੀ? ਉਮਰ 35 ਸਾਲ ਹੋਏਗੀ ਲਗਭਗ। ਅੱਛਾ, ਜਦੋਂ ਇੱਥੇ ਲੈ ਕੇ ਆਏ ਉਦੋਂ ਸਾਹ ਹੈਗੇ ਸੀ? ਸਾਹ ਮਾੜੇ ਮੋਟੇ ਸੀ। ਠੀਕ। ਤੇ 9 ਵਜੇ ਚਲਦੀ ਸੀ ਬਸ। 9 ਵਜੇ ਚਲਦੀ ਵੀ ਸੋ ਮਾੜੀ ਮੋਟੀ ਬਿਲਕੁਲ ਡਾਕਟਰ ਨਾਲ ਸੀ। ਤੇ ਕੋਈ ਬੱਬੂ ਸਿੰਘ ਸੀਗਾ ਜੀ, ਸਾਨੂੰ ਜੈਲਾ ਸਿੰਘ ਢਾਣੀ ਨੱਥਾ ਸਿੰਘ ਤੇ ਉੱਥੇ ਕਿਤੇ ਖੇਤਾਂ 'ਚ ਕੰਮ ਕਰਦਾ ਕਰਦਾ ਸਾਈਡ 'ਤੇ ਆਇਆ ਤਾਂ ਪੈਰ ਸਲਿਪ ਕਰਕੇ ਪਾਣੀ 'ਚ ਗਿਰ ਗਿਆ। ਪਿੰਡ ਮੁੰਡਿਆਂ ਨੇ ਬੜੀ ਕੋਸ਼ਿਸ਼ ਕੀਤੀ, ਪਾਣੀ ਕਰੰਟ ਤੇਜ਼ ਹੈ ਪਾਣੀ ਦਾ, ਅਤੇ ਉੱਥੋਂ ਲੱਭ ਕੇ ਵੀ ਲਿਆਏ, ਬਟ ਅਨਫੋਰਚੁਨੇਟਲੀ ਜਦ ਇੱਥੇ ਪਹੁੰਚੇ ਤਾਂ ਨਹੀਂ। ਸਰ ਕਿਸ ਤਰ੍ਹਾਂ ਦੇਖਦੇ ਹੋ, ਦਿਨ ਬਾ ਦਿਨ ਪਾਣੀ ਦਾ ਸਤਰ ਤਾਂ ਘੱਟ ਰਿਹਾ, ਪਰ ਫਿਰ ਵੀ ਇਹ ਚਾਂਸ ਹੋ ਗਿਆ? ਇਹ ਦੇਖੋ ਚਾਂਸ, ਇਹ ਤਾਂ ਹੁਣ ਬਾਈ ਚਾਂਸ ਹੈ, ਜੇ ਕੋਈ ਕਿਨਾਰੇ 'ਤੇ ਗਲਤ ਬੈਠਾ ਜਾਂ ਕਿਵੇਂ ਉਹਦਾ ਉਸ ਤਰ੍ਹਾਂ ਕਹਿ ਸਕਦੇ ਹਾਂ, ਬਾਕੀ ਐਸ ਸੱਚ ਇਹੋ ਜਿਹੀ ਕੋਈ ਹਾਲਾਤ ਨਹੀਂ ਹੈ। ਡਰਾ ਪੈਨਿਕ ਹੋਣ ਵਾਲਾ ਕੋਈ ਨਹੀਂ, ਡਰਾਉਣ ਵਾਲਾ ਕੋਈ ਨਹੀਂ। ਓਕੇ, ਠੀਕ ਹੈ ਸਰ। ਅੱਜ ਢਾਣੀ ਨੱਥਾ ਸਿੰਘ ਵਿਖੇ ਬੱਬੂ ਸਿੰਘ ਸਾਨੂੰ ਜੈਲਾ ਸਿੰਘ ਜਿਹੜਾ ਸਾਡਾ ਮੁੰਡਾ ਸੀ ਉਹਦਾ ਪੈਰ ਸਲਿਪ ਹੋਣ ਕਰਕੇ ਉਹ ਪਾਣੀ 'ਚ ਡੁੱਬਣਾ ਉਹਦੀ ਮੌਤ ਹੋ ਗਈ। ਸੋ ਬਹੁਤ ਮੰਦਭਾਗੀ ਘਟਨਾ ਹੋਈ, ਕਿਉਂਕਿ ਬਹੁਤ ਕੰਟਰੋਲ ਸੀ ਪਰ ਪਰਮਾਤਮਾ ਨੂੰ ਕੀ ਮਜ਼ਬੂਰ ਸੀ ਉਹਦੀ ਘਟਨਾ ਕੀ। ਦੱਸੋ ਜੀ ਕੀ ਕਿੱਦਾਂ? ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਜੀ, ਬੱਬੂ ਸਿੰਘ ਸਨ ਆਫ ਜੈਲਾ ਸਿੰਘ ਨਾਮ ਦਾ, ਜੋ ਉਹਦੇ ਅਟੈਂਡੈਂਟ ਦੱਸ ਰਹੇ ਆ, ਉਹਦੀ 35 ਸਾਲ ਦੀ ਉਮਰ ਕਰੀਬ ਸੀਗੀ। ਸਾਡੇ ਕੋਲ ਆਇਆ ਕਿ ਜਦੋਂ ਸਾਡੇ ਕੋਲ ਲੈ ਕੇ ਆਏ ਤਾਂ ਉਹ ਬਰੋਕ ਡੈਡ ਹੀ ਸੀਗਾ। ਅਸੀਂ ਆਪਦੀ ਕੋਸ਼ਿਸ਼ਾਂ ਕੀਤੀਆਂ, 35-40 ਮਿੰਟ CPR ਕੀਤਾ, ਪਰ ਉਹ ਰਿਵਾਈਵ ਨਹੀਂ ਹੋਇਆ ਪੇਸ਼ੈਂਟ। ਜੋ ਵੀ ਰਿਕੁਆਇਰ ਟ੍ਰੀਟਮੈਂਟ ਸੀ ਅਸੀਂ ਕੀਤੀ ਹੈ, ਇਸ ਕਰਕੇ ਹੁਣ ਅਸੀਂ ਉਹਨੂੰ ਡੈਡ ਡਿਕਲੇਅਰ ਕਰਕੇ ਉਸ ਤੋਂ ਬਾਅਦ ਫਾਜ਼ਿਲਕਾ ਸ਼ਿਫਟ ਕਰਤਾ ਮੁਲਜ਼ਮ ਵਿੱਚ। ਜੋ ਪੋਸਟਮਾਰਟਮ ਹੋਊਗਾ ਉਹਦੇ 'ਚ ਉਹਦੇ ਡੈਥ ਦਾ ਜੋ ਕਾਰਨ ਹੈ ਸਾਹਮਣੇ ਆ। ਚਿੱਕੜ ਵੀ ਸੀਗਾ, ਹੋਰ ਵੀ ਸੀਗਾ, ਪਰ ਉਹਦੀ ਡੈਥ ਦਾ ਕਾਰਨ ਕੀ ਹੈ ਕਿ ਉਹ ਆਪ ਡੁੱਬਿਆ ਜਾਂ ਪਾਣੀ 'ਚ ਆਇਆ, ਇਹ ਸਾਰਾ ਪੋਸਟਮਾਰਟਮ ਕਲੀਅਰ ਹੋਇਆ। ਦੇਖੋ ਇਹ ਤਾਂ ਸਾਰਾ ਕੁਛ ਜੀ ਪੋਸਟਮਾਰਟਮ ਕਲੀਅਰ ਹੋਊਗਾ ਕਿ ਬੰਦਾ, ਦੇਖੋ ਪ੍ਰਸ਼ਾਸਨ ਦੱਸੂਗਾ ਵੀ ਉੱਥੇ ਬੰਦਾ ਆਪ ਗਿਆ ਸੀ, ਉਹ ਬੰਦ ਸੀ ਏਰੀਆ ਜਾਂ ਕੀ ਸੀਗਾ, ਉੱਥੇ ਪੇਸ਼ੈਂਟ ਆਪ ਜਾ ਕੇ ਡੁੱਬਿਆ ਜਾਂ ਉੱਥੇ ਉਹ ਕਿਤੇ ਕੁਦਰਤੀ ਕੋਈ ਮਨਸ਼ਾ ਹੋਈ ਜਿਹਦੇ ਕਰਕੇ ਡੁੱਬ ਗਿਆ, ਉਹ ਤਾਂ ਆਪਣਾ ਪੋਸਟਮਾਰਟਮ 'ਚ ਜਾਂ ਪ੍ਰਸ਼ਾਸਨ ਹੀ ਦੱਸ ਸਕਦਾ। ਸਾਡੇ ਕੋਲ ਪੇਸ਼ੈਂਟ ਬਰੋਕ ਡੈਡ ਆਇਆ, ਅਸੀਂ ਉਹਨੂੰ ਡਿਕਲੇਅਰ ਕੀਤਾ ਜਸਟ, ਸਾਡੇ ਕੋਲ ਲਾਈਵ ਸਿਚੁਏਸ਼ਨ ਕੋਈ ਨਹੀਂ ਹੈਗੀ। ਥੈਂਕ ਯੂ।